ਬਬਰੀ ਮਸਜਿਦ ਨੂੰ ਸ਼ਹੀਦ ਕਰਕੇ ਹੁਣ ਮੰਦਰ ਦੀ ਉਸਾਰੀ ਕੀਤੀ ਹੈ। ਸੁਪਰੀਮ ਕੋਰਟ ਨੇ ਕਹਿਤਾ ਕਿ ਬਹੁਤ ਜਾਇਜ਼ ਕੰਮ ਕੀਤਾ ਮੰਦਰ ਦਾ। ਤਾਂ ਮੇਰਾ ਮਤਲਬ ਹੈ ਕਿ ਇਹ ਧਾਰਮਿਕ ਜਗ੍ਹਾ ਤੋੜ ਕੇ ਭੰਨ ਕੇ ਉੱਤੇ ਮੰਦਰ ਬਣਾਈ ਜਾਣੇ, ਕਿ ਇਹੋ ਜਿਹੀ ਗੱਲ ਕਦੇ ਹੋ ਸਕਦੀ ਹੈ ਇੱਕ ਸਿਵਲਾਈਜ਼ਡ ਕੰਟਰੀ ਦੇ ਵਿੱਚ ਜਿੱਥੇ ਮਨੁੱਖਤਾ ਦਾ ਰਾਜ ਹੁੰਦਾ ਹੈ, ਜਿੱਥੇ ਜਮਹੂਰੀਅਤ ਹੁੰਦੀ ਹੈ, ਉੱਥੇ ਇਹੋ ਜਿਹੀਆਂ ਗੱਲਾਂ ਹੋਣ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਬਰਤਾਨੀਆ ਦੀ ਫੌਜ, ਸੋਵੀਅਤ ਰੂਸ ਦੀ ਫੌਜ, ਆਪਣੀ ਫੌਜ ਭੇਜ ਦਿਉ ਅਤੇ ਇੱਥੇ ਸਿੱਖਾਂ ਨੂੰ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰ ਦਿਉ, ਜਨਰਲ ਸ਼ਬੇਗ ਸਿੰਘ ਨੂੰ ਸ਼ਹੀਦ ਕਰ ਦਿਉ, ਹੋਰ ਸਾਰੇ ਵੱਡੇ ਵੱਡੇ ਸਿੱਖ ਲੀਡਰਾਂ ਨੂੰ ਸ਼ਹੀਦ ਕਰ ਦਿਉ, ਬੱਚਿਆਂ ਨੂੰ ਮਾਰ ਦਿਉ, ਬੀਬੀਆਂ ਨੂੰ ਮਾਰ ਦਿਉ। ਆਹ ਜਿਹੜਾ ਸਰੋਵਰ ਹੈ ਇਹ ਤਾਂ ਲਾਲ ਹੋਇਆ ਪਿਆ ਸੀਗਾ ਇਹ 1984 ਦੇ ਵਿੱਚ। ਸੋ ਮੇਰਾ ਮਤਲਬ ਹੈ ਕਿ ਇਹੋ ਜਿਹੇ ਜ਼ਮਾਨੇ ਦੇ ਵਿੱਚ ਅਸੀਂ ਸਿੱਖ ਰਹਿ ਰਹੇ ਹੈ ਕਿ ਲੱਖ ਲਾਣਤ ਹੈ ਸਾਡੀ ਕਿ ਜਿਹੜਾ ਅਸੀਂ ਅੱਜ ਵੀ ਆਮ ਪਾਰਟੀ, BJP, ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਹਾਂ, ਅਤੇ ਸਾਡੀ ਇਹ ਕੌਮੀਅਤ ਕਦੋਂ ਜਾਗੂਗੀ ਕਿ ਅਸੀਂ ਸਿੱਖ ਹੈ ਅਤੇ ਅਸੀਂ ਆਪਣਾ ਰਾਜ ਖਾਲਿਸਤਾਨ ਚਾਹੁੰਦੇ ਹਾਂ। ਇਹ ਕਦੋਂ ਆਪਾਂ ਵੋਟਾਂ ਪਾ ਕੇ ਅਮਨ ਪਸੰਦ ਤਰੀਕੇ ਦੇ ਨਾਲ ਆਪਣਾ ਮੁਲਕ ਮੰਗਾਂਗੇ ਅਤੇ ਮੁਲਕ ਦੇ ਵਿੱਚ ਰਾਜ ਕਰਾਂਗੇ?